ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਿਨ੍ਹਾਂ ਨੇ ਉਸ ਖਿੱਤੇ ਦੇ ਅੰਦਰ ਇੱਕ ਸੁਨਹਿਰੀ ਇਤਿਹਾਸ ਰਚਿਆ, ਆਪਣੀ ਸ਼ਹਾਦਤ ਦਿੱਤੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਜ਼ਿੰਦਾ ਰੱਖਣ ਦੇ ਲਈ। ਮੈਂ ਕਰਾਂ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ, ਉਸ ਖਿੱਤੇ ਦੇ ਅੰਦਰ ਆ ਹਿੰਦੂ ਰਾਜ, ਇਹ ਹਿੰਦੂ ਅੱਤਵਾਦ, ਇਹ ਬ੍ਰਾਹਮਣਵਾਦ ਦੇ ਰਾਜ ਦੇ ਅੰਦਰ ਜਿਸਲੇ ਇਹਨਾਂ ਹਿੰਦੂ ਧਰਮ ਦੇ ਰਾਖਿਆਂ ਨੇ ਆਪਣੀਆਂ ਔਰਤਾਂ ਦੇ ਨਾਲ ਕੀ ਉੱਥੇ ਜ਼ਿਲ੍ਹੇ ਐਮਰਜੈਂਸੀ ਲਾਈ ਗਈ ਅਤੇ ਕਿਵੇਂ ਫੈਮਿਲੀ ਪਲੈਨਿੰਗ ਦੇ ਧੋਖੇ ਦੇ ਥੱਲੇ ਕਿਵੇਂ ਉਸ ਖਿੱਤੇ ਦੇ ਅੰਦਰ ਗਰੀਬਾਂ ਦਾ ਕਿਵੇਂ ਗਰੀਬਾਂ ਦੇ ਉੱਤੇ ਅੱਤਿਆਚਾਰ ਹੋਇਆ, ਉਹਨਾਂ ਦੀਆਂ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਹਨਾਂ ਦੀਆਂ ਬੱਚੇਦਾਨੀਆਂ ਕੱਢ ਕੇ ਉਹਨਾਂ ਨੂੰ ਸੜਕਾਂ 'ਤੇ ਲਿਆ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇੱਕ ਨਾ ਨਹੀਂ, ਲੱਖਾਂ ਨਾ ਹੋਇਆ। ਜਿਹੜਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਫਿਗਰ ਹੈ ਉਹ 3 ਮਿਲੀਅਨ ਰੱਖਦਾ ਹੈ, ਅਤੇ ਜੇ ਇਸ ਦੇ ਖਿਲਾਫ ਆਵਾਜ਼ ਉਠਾਈ ਤਾਂ ਕੌਣ ਉਠਾਉਂਦਾ ਹੈ? ਸਾਧ ਸੰਗਤ ਸਾਨੂੰ ਪਛਾਣਨ ਦੀ ਲੋੜ ਹੈ, ਕਿੱਥੇ ਮਰ ਗਏ ਇਹਨਾਂ ਦੇ ਵੱਡੇ ਮਰਾਠੇ, ਕਿੱਥੇ ਮਰ ਗਏ ਇਹਨਾਂ ਦੇ ਛੱਤਰੀ, ਅਤੇ ਕਿੱਥੇ ਮਰ ਗਈ ਇਹਨਾਂ ਦੀ RSS ਸ਼ਿਵ ਸੈਨੀਏ ਅਤੇ ਆਹ ਬਜਰੰਗ ਦਲੀਏ, ਕਿੱਥੇ ਮਰ ਗਏ ਇਹਨਾਂ ਦੇ ਹਿੰਦੂ ਧਰਮ ਦੇ ਰਖਵਾਲੇ? ਜਿਲ੍ਹੇ ਇਨਸਾਨੀਅਤ ਦੀ ਗੱਲ ਹੁੰਦੀ ਹੈ, ਮੈਂ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ, ਵਿਚਾਰਧਾਰਾ ਆਪਣਾ ਰੰਗ ਦਿਖਾਉਂਦੀ ਹੈ। ਉਸ ਸਮੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਆਪਣੇ ਸਮਰਥਕਾਂ ਦੇ ਨਾਲ ਇਨਸਾਨੀਅਤ ਦੇ ਲਈ ਜਿਹੜਾ ਮੋਰਚਾ ਲਾਇਆ ਉਹ ਇੱਕ ਮਿਸਾਲ ਹੈ, ਉਹ ਇੱਕ ਸਿੱਖੀ ਦੀ ਮਿਸਾਲ ਹੈ, ਅਤੇ ਸਾਨੂੰ ਉਸ ਸਿੱਖੀ ਦੀ ਮਿਸਾਲ ਤੋਂ ਸੇਧ ਲੈਣ ਦੀ ਲੋੜ ਹੈ। ਜੋ ਅੱਜ ਦਾ ਉਹ ਏਜੰਡਾ ਅੱਜ ਤੱਕ ਫਿਰ ਲਾਗੂ ਹੈ ਉਸ ਖਿੱਤੇ ਦੇ ਅੰਦਰ, ਸਾਨੂੰ ਉਸੇ ਹੀ ਤਰ੍ਹਾਂ ਨਾਲ ਉਹਨਾਂ ਮਹਾਂਪੁਰਸ਼ਾਂ ਦੀ ਸੋਚ 'ਤੇ ਚੱਲ ਕੇ ਇਹ ਜਿਹੜੀ ਇਨਸਾਨੀਅਤ ਵਿਰੋਧੀ ਸੋਚ ਹੈ ਇਹਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ, ਜਿਵੇਂ ਉਹਨਾਂ ਨੇ ਇਸ ਮਨੁੱਖੀ ਵਿਰੋਧੀ ਵਿਚਾਰਧਾਰਾ ਦੇ ਖਿਲਾਫ ਲੜਾਈ ਕੀਤੀ, ਸਾਨੂੰ ਵੀ ਉਵੇਂ ਹੀ ਲੜਾਈ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹਨਾਂ ਨੇ ਭੁਲੇਖੇ 'ਚ ਪੈ ਜਾਣੀ ਇੱਥੇ ਚਾਰ ਸਪਾਈ ਜਾਂ 2-5 ਹਜ਼ਾਰ ਨਾਲ ਅਤੇ ਮੈਨੂੰ ਫੜ ਕੇ ਲੈ ਜਾਣਗੇ ਅਤੇ ਮਨ ਵਿੱਚ ਮੇਰੇ ਵੀ ਬਹੁਤ ਚਰਦਾ ਭਰਿਆ ਇਹ ਜੀ ਚਿੰਤਾ ਨਾ ਕਰੋ ਕਿ ਤੁਸੀਂ ਇਹਨਾਂ ਨੂੰ ਇੱਕ ਦਿਨ ਆਉਣ ਦਿਓ ਸਹੀ ਕਿਰਾਏ ਪਾਸ ਨੂੰ ਘੇਰੀਆਂ ਲਾ ਕੇ ਟਰੱਕ ਭਰ ਕੇ ਤੋੜਦਾ ਲਿਖਦੇ ਨਾ ਕਿਵੇਂ ਹੈ ਇਹ ਨਾ ਚਾਲ ਕਰੋ ਆਉਂਦੇ ਮੈਨੂੰ ਚੁੱਕ ਕੇ ਲੈ ਜਾਣਗੇ ਆਹ ਮਰੇ ਨੂੰ ਜ਼ਰੂਰ ਲਿਜਾ ਸਕਦਾ ਕੋਈ ਨਾ ਕੋਈ ਕਿਤੇ ਉਹ ਮਿੱਟੀ ਹੋਣੀ ਉਹਦੇ ਨਾਲ ਸੰਬੰਧ ਕੋਈ ਨਹੀਂ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਮੈਂ ਨਿਸ਼ਚੇ ਨਾਲ ਕਹਿਣਾ ਚਾਹੁੰਦਾ ਭਾਵੇਂ 20-30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜੇ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਦੇ ਗੁਰੂ ਸਾਹਿਬ ਦੀ ਕਿਰਪਾ ਵੱਖਰੀ ਨਸਲ ਹੈ।